ਰਚਪਾਲ ਕੌਰ ਗਿਲਦੀ ਕਹਾਣੀ ਸਮਾ ਕੁਲਦੀਪ ਦੇ ਵੱਡੇ ਮੁੰਡੇ ਰਾਜੂ ਦੇ ਪਲੈਨਰ ਤੇ ਤਕਰੀਬਨ ਹਰ ਹਫਤੇ ਉਹਦੀ ਫ੍ਰੈਂਚ ਟੀਚਰ ਮਿਸਿਸ ਬਰੇਨਨ ਵੱਲੋਂ ਲਿਖਿਆ ਨੋਟ ਰਾਜੂ ਫ੍ਰੈਂਚ ਵਿੱਚ ਬਹੁਤ ਕਮਜ਼ੋਰ ਹੈ ਇਹਦੀ ਪੜਨ ਚ ਮਦਦ ਕੀਤੀ ਜਾਵੇ ਪੜ ਕੇ ਕੁਲਦੀਪ ਸੋਚਦੀ ਕਿ ਮੈਨੂੰ ਤਾਂ ਫ੍ਰੈਂਚ ਦਾ ਇੱਕ ਅੱਖਰ ਵੀ ਨਹੀਂ ਆਉਂਦਾ ਮੈਂ ਇਹਦੀ ਮਦਦ ਕਿਵੇਂ ਕਰ ਸਕਦੀ ਹਾਂ ਨਾਲ ਹੀ ਉਹ ਸੋਚਦੀ ਮਿਸਿਸ ਬਰੇਨਨ ਨੂੰ ਜੇਕਰ ਸਕੂਲ ਜਾ ਕੇ ਮਿਲਾਂ ਤੇ ਪੁੱਛਾਂ ਉਹ ਰਾਜੂ ਦੀ ਸਕੂਲ 2 ਤੋਂ ਬਾਅਦ ਘੰਟਾ 2 ਘੰਟੇ ਫ੍ਰੈਂਚ ਸਿੱਖਣ ਚ ਮਦਦ ਕਰ ਦੇਵੇ ਤਾਂ ਸ਼ਾਇਦ ਹੀ ਫ੍ਰੈਂਚ ਵਿੱਚ ਚੰਗਾ ਚੱਲ ਪਵੇ ਬਹੁਤੇ ਚੰਗੇ ਨੰਬਰ ਤਾਂ ਅੰਗਰੇਜ਼ੀ ਵਿੱਚ ਵੀ ਨਹੀਂ ਸੀ ਲਾਂਦਾ ਹੁਣ ਇੱਕ ਹੋਰ ਪਵਾੜਾ ਚੌਥੀ ਤੋਂ ਸ਼ੁਰੂ ਹੋ ਗਿਆ ਸੀ ਅੰਗਰੇਜ਼ੀ ਦੇ ਨਾਲ ਨਾਲ ਫ੍ਰੈਂਚ ਪੜ੍ਹਨੀ ਵੀ ਜ਼ਰੂਰੀ ਹੋ ਗਈ ਹੈ ਸ਼ੁੱਕਰਵਾਰ ਵਾਲੇ ਦਿਨ ਕੁਲਦੀਪ ਥੋੜਾ ਜਿਹਾ ਜਲਦੀ ਕੰਮ ਛੱਡ ਕੇ ਸਕੂਲ ਛੁੱਟੀ ਹੋਣ ਤੋਂ ਪਹਿਲਾਂ ਪਹਿਲਾਂ ਮਿਸਿਸ ਬਰੇਨਨ ਨੂੰ ਮਿਲਣ ਲਈ ਭੱਜ ਗਈ। ਜਦੋਂ ਸਕੂਲ ਦੇ ਦਫ਼ਤਰ ਪੁੱਜੀ ਤਾਂ 15 ਮਿੰਟ ਛੁੱਟੀ ਹੋਣ ਚ ਰਹਿੰਦੇ ਸਨ। ਸੈਕਟਰੀ ਨੇ ਕਿਹਾ ਮੈਂ ਛੁੱਟੀ ਹੋਣ ਤੋਂ ਬਾਅਦ ਉਹਨੂੰ ਦਫ਼ਤਰ 'ਚ ਬੁਲਾ ਲਵਾਂਗੀ। ਤੂੰ ਇੱਥੇ ਬੈਠ ਕੇ ਉਹਦੀ ਉਡੀਕ ਕਰ। ਛੁੱਟੀ ਹੁੰਦੇ ਅਨੁਸਾਰ ਮਿਸਿਸ ਬਰੇਨਨ ਦਫ਼ਤਰ ਆ ਗਈ। ਉਹਦੇ ਹੱਥ ਵਿੱਚ ਇੱਕ ਬੈਗ ਸੀ ਜਿਵੇਂ ਉਹ ਘਰ ਜਾਣ ਲਈ ਤਿਆਰ ਹੋ ਕੇ ਆਈ ਹੋਵੇ। ਕੁਲਦੀਪ ਨੇ ਉਹਨੂੰ ਦੱਸਿਆ ਕਿ ਉਹਨੂੰ ਮਿਲਣਾ ਚਾਹੁੰਦੀ ਹੈ। ਮਿਸਿਸ ਬ੍ਰੇਨਨ ਕਹਿੰਦੀ ਮੈਂ ਇਸ ਵਕਤ ਕਾਲੀ ਚਾਂ ਕਿਉਂਕਿ ਮੈਂ ਹਰ ਸ਼ੁੱਕਰਵਾਰ ਆਪਣੇ ਬੱਚਿਆਂ ਨੂੰ ਚੁੱਕਣਾ ਹੁੰਦਾ ਹੈ ਤਾਂ ਕਿ ਵੀਕਐਂਡ ਤੇ ਉਹ ਮੇਰੇ ਕੋਲ ਰਹਿ ਸਕਣ ਉਹ ਕੁਲਦੀਪ ਨੂੰ ਸੋਮਵਾਰ ਵਾਪਸ ਆਉਣ ਲਈ ਕਹੇ ਕਿ ਕਾਲੀ ਕਾਲੀ ਸਕੂਲੋਂ ਵਾਰ ਚਲੀ ਗਈ ਕੁਲਦੀਪ ਪਹਿਲਾਂ ਵੀ ਮਾਪੇ ਤੇ ਟੀਚਰਾਂ ਦੇ ਇੰਟਰਵਿਊ ਵਾਲੇ ਦਿਨਾਂ ਦੇ ਦੌਰਾਨ ਦੋ ਵਾਰੀ ਮਿਸਿਸ ਬ੍ਰੇਨਨ ਨੂੰ ਮਿਲ ਚੁੱਕੀ ਸੀ ਸੋਮਵਾਰ 3:30 ਵਜੇ ਤੋਂ 5:00 ਵਜੇ ਦੇ ਦਰਮਿਆਨ ਮਿਲਣ ਦੀ ਆਸ ਲੈ ਕੇ ਕੁਲਦੀਪ ਵੀ ਵਾਪਸ ਘਰ ਚਲੀ ਗਈ ਸੋਮਵਾਰ ਜਦੋਂ ਕੁਲਦੀਪ ਕੰਮ ਖਤਮ ਹੋਣ ਤੋਂ ਬਾਅਦ ਮਿਸਿਸ ਬ੍ਰੇਨਨ ਨੂੰ ਮਿਲਣ ਆਈ ਤਾਂ ਰਾਜੂ ਦੀ ਦੋ ਦਿਨ ਸਕੂਲ ਟਾਈਮ ਤੋਂ ਬਾਅਦ ਇੱਕ ਘੰਟਾ ਮਦਦ ਕਰਨ ਲਈ ਮੰਨ ਗਈ ਤੇ ਨਾਲ ਹੀ ਕਹਿਣ ਲੱਗੀ ਸ਼ੁੱਕਰਵਾਰ ਤੋਂ ਇਲਾਵਾ ਇਹ ਜਿਹੜੀ ਮਰਜ਼ੀ ਦੋ ਦਿਨ ਮੇਰੇ ਕੋਲ ਠਹਿਰ ਸਕਦਾ ਹੈ ਸ਼ੁੱਕਰਵਾਰ ਮੈਂ ਜਲਦੀ ਜਾ ਕੇ ਆਪਣੇ ਬੱਚਿਆਂ ਨੂੰ ਉਹਨਾਂ ਦੇ ਪਿਓ ਦੇ ਘਰੋਂ ਚੁੱਕਣਾ ਹੁੰਦਾ ਹੈ ਤੇ ਐਤਵਾਰ ਉਹ ਸ਼ਾਮ ਨੂੰ ਵਾਪਸ ਚਲੇ ਜਾਂਦੇ ਆ ਇਹ ਸੁਣਨ ਦੇ ਬਾਅਦ ਕੁਲਦੀਪ ਦੀ ਇਹ ਜਾਣਨ ਦੀ ਇੱਛਾ ਹੋਈ ਕਿ ਬੱਚਿਆਂ ਨੂੰ ਸਿਰਫ ਵੀਕਐਂਡ ਤੇ ਹੀ ਕਿਉਂ ਚੁੱਕਦੀ ਹੈ ਚੱਕਦੀ ਚੱਕਦੀ ਕੁਲਦੀਪ ਪੁੱਛੀ ਬੈਠੀ ਵੀ ਕੀ ਤੁਹਾਡੇ ਬੱਚਿਆਂ ਦਾ ਪਿਤਾ ਤੁਹਾਡੇ ਨਾਲ ਨਹੀਂ ਰਹਿੰਦਾ ਸੁਣਦੇ ਸਾਰ ਬਿਨਾਂ ਝਿਜਕਦੇ ਮਿਸਿਸ ਬ੍ਰੇਨਨ ਆਪਣੀ ਸਾਰੀ ਰਾਮ ਕਹਾਣੀ ਸੁਣਾਉਣ ਬੈਠ ਗਈ ਕਿਵੇਂ ਉਹਦੇ ਪਤੀ ਦਾ ਪਿਆਰ ਤੇ ਝਗਾ ਕਿਸੇ ਹੋਰ ਮਰਦ ਨਾਲ ਉਹਦੀ ਜਵਾਨੀ ਦੇ ਦਿਨਾਂ ਤੋਂ ਹੀ ਚੱਲਦਾ ਆ ਰਿਹਾ ਸੀ ਅਸੀਂ ਕੈਥੋਲਿਕ ਧਰਮ 'ਚ ਵਿਸ਼ਵਾਸ ਕਰਦੇ ਹੋਣ ਕਰਕੇ ਇਹਨਾਂ ਚੀਜ਼ਾਂ ਦੀ ਸਾਡੇ ਧਰਮ 'ਚ ਕੋਈ ਥਾਂ ਨਹੀਂ ਜਿਸ ਕਾਰਨ ਉਹ ਇਸ ਗੱਲ ਦਾ ਇਜ਼ਹਾਰ ਨਹੀਂ ਸੀ ਕਰ ਸਕਦਾ ਤੇ ਨਾ ਉਹਨੇ ਮੇਰੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਇਸ ਬਾਰੇ ਕੋਈ ਜ਼ਿਕਰ ਕੀਤਾ ਨਾਲੇ ਇਹ ਗੱਲ ਉਹਨਾਂ ਦਿਨਾਂ 'ਚ ਆਮ ਗੱਲ ਨਹੀਂ ਸੀ ਹੁੰਦੀ ਵਿਆਹ ਤੋਂ ਬਾਅਦ ਵੀ ਇਹ ਲੋਕ ਛਿਪ ਕੇ ਆਪਣੇ ਮਰਦ ਪਾਰਟਨਰ ਨੂੰ ਮਿਲਦਾ ਰਿਹਾ ਸਾਡੇ ਦੋ ਬੱਚੇ ਵੀ ਹੋ ਗਏ ਹੁਣ ਲੜਕੀ 8 ਸਾਲ ਦੀ ਹੈ ਲੜਕਾ 10 ਸਾਲ ਦਾ ਹੈ ਅਚਾਨਕ ਜਦੋਂ 2 ਕੁ ਸਾਲ ਪਹਿਲਾਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਨੂੰ ਬਹੁਤ ਦੁੱਖ ਹੋਇਆ ਇਹ ਗੱਲਾਂ ਵੀ ਤਾਂ ਹੁਣ ਆਮ ਸੁਣਨ ਚਾ ਰਹੀਆਂ ਹਨ ਪਰ ਹੁਣ ਹਰ ਸਾਲ ਹਜ਼ਾਰਾਂ ਤੋਂ ਵੱਧ ਕੇ ਲੱਖਾਂ ਦੀ ਗਿਣਤੀ 'ਚ ਲੋਕ ਗੇ ਪ੍ਰਾਈਡ ਵਿੱਚ ਸ਼ਾਮਲ ਹੋਣ ਲੱਗ ਪਏ ਹਨ ਮੈਂ ਸੋਚਿਆ ਹੁਣ ਸਮਾਂ ਬਦਲ ਚੁੱਕਾ ਹੈ ਜੋ ਉਹ ਚਾਹੁੰਦਾ ਕਰ ਲਵੇ ਉਸ ਤੋਂ ਬਾਅਦ ਅਸੀਂ ਫੈਸਲਾ ਕਰਕੇ ਅਲੱਗ-ਅਲੱਗ ਹੋ ਗਏ ਮੈਂ ਇਕੱਲੀ ਰਹਿਣ ਦਾ ਮਨ ਬਣਾ ਲਿਆ ਬੱਚੇ ਉਸ ਕੋਲ ਰਹਿਣ ਲਈ ਭੇਜ ਦਿੱਤੇ ਕਿਉਂਕਿ ਉਹ ਦੋਵੇਂ ਮਰਦ ਚੰਗੇ ਪੈਸੇ ਕਮਾਉਂਦੇ ਹਨ ਬੱਚਿਆਂ ਦੀ ਹਰ ਲੋੜ ਆਸਾਨੀ ਨਾਲ ਪੂਰੀ ਕਰ ਸਕਦੇ ਹਨ ਉਹਦਾ ਪਾਰਟਨਰ ਬੱਚਿਆਂ ਨਾਲ ਉਹਨਾਂ ਦੇ ਪਿਓ ਤੋਂ ਵੀ ਵੱਧ ਚੰਗਾ سلوਕ ਤੇ ਪਿਆਰ ਕਰਦਾ ਹੈ ਮੇਰੇ ਕੋਲ ਬੱਚੇ 2 ਦਿਨ ਵੀਕਐਂਡ ਤੇ ਆ ਜਾਂਦੇ ਹਨ ਮੈਂ ਆਪਣੇ ਘਰ ਖੁਸ਼ ਹਾਂ ਉਹ ਆਪਣੇ ਘਰ ਖੁਸ਼ ਹਨ ਮਿਸਿਸ ਬ੍ਰੇਨਨ ਦੀਆਂ ਗੱਲਾਂ ਸੁਣ ਕੇ ਕੁਲਦੀਪ ਨੂੰ ਅਜੀਬ ਜਿਹਾ ਮਹਿਸੂਸ ਹੋਣ ਲੱਗਾ ਕਿ ਕਿਹੋ ਜਿਹੇ ਲੋਕ ਹਨ ਬਿਨਾਂ ਲੜਾਈ ਝਗੜਾ ਝਗੜਾ ਕਰਨ ਦੇ ਫੈਸਲਾ ਕਰ ਲਿਆ ਘਰ ਜਾ ਕੇ ਉਹਨੇ ਚਾਹ ਦਾ ਕੱਪ ਬਣਾਇਆ ਸੋਫੇ ਤੇ ਬੈਠੀ ਚਾਹ ਪੀਂਦੀ ਹੋਈ ਦਾ ਖਿਆਲ ਬ੍ਰੇਨਨ ਦੀਆਂ ਗੱਲਾਂ ਵੱਲ ਚਲਾ ਗਿਆ ਨਾਲ ਹੀ ਉਹ ਆਪਣੇ ਮਾਲਕ ਮਕਾਨ ਜਾਗਰ ਸਿੰਘ ਤੇ ਜਮੇਲ ਕੌਰ ਦੇ ਮੁੰਡੇ ਬਿੱਲੂ ਬਾਰੇ ਸੋਚਣ ਲੱਗ ਪਈ ਕਿ ਕਿਵੇਂ ਉਹਨਾਂ ਦੇ ਘਰ ਨੇ ਦਿਨ ਲੜਾਈ ਹੁੰਦੀ ਰਹਿੰਦੀ ਹੈ ਖਾਸ ਕਰਕੇ ਜਦੋਂ ਬਿੱਲੂ ਰਾਤ ਨੂੰ ਘਰ ਆਉਂਦਾ ਹੈ ਭਾਵੇਂ ਉਹ ਰਾਤ ਦੇ 10 ਵਜੇ ਆਵੇ 12 ਵਜੇ ਜਾਂ 1 ਵਜੇ ਆਵੇ ਘਰ 'ਚ ਖੜਕਾ ਦੜਕਾ ਸੌਣ ਨੂੰ ਜ਼ਰੂਰ ਮਿਲਦਾ ਹੈ 2 ਸਾਲ ਪਹਿਲਾਂ ਤਾਂ ਇਸ ਲੜਾਈ 'ਚ ਬਿੱਲੂ ਦੀ ਪਤਨੀ ਵੀ ਸ਼ਾਮਲ ਹੁੰਦੀ ਸੀ ਉਹਦੇ ਜਾਣ ਤੋਂ ਬਾਅਦ ਇਹ ਲੜਾਈ ਝਗੜਾ ਇੱਕ ਤਿਕੋਣ ਦੀ ਤਰ੍ਹਾਂ ਮਾਂ ਬਾਪ ਤੇ ਬਿੱਲੂ ਵਿਚਕਾਰ ਹੀ ਰਹਿ ਗਿਆ ਸੀ ਕੁਲਦੀਪ ਦੀ ਨੀਂਦ ਇੰਨੀ ਪਤਲੀ ਸੀ ਕਿ ਮਾੜੀ ਜੀ ਗੱਲ ਸੁਣਨ ਤੇ ਵੀ ਜਾਗ ਖੁੱਲ ਜਾਂਦੀ ਤੇ ਫਿਰ ਸੌਣ ਲਈ ਕਾਫੀ ਵਕਤ ਲੱਗਦਾ ਉਹਦੇ ਪਤੀ ਨੂੰ ਕੋਈ ਫਰਕ ਨਾ ਪੈਂਦਾ ਉਹ ਤਾਂ ਜਿਵੇਂ ਘੋੜੇ ਵੇਚ ਕੇ ਸੁੱਤਾ ਹੁੰਦਾ ਇਸ ਕਰਕੇ ਜਦੋਂ ਕਦੇ ਕੁਲਦੀਪ ਮੂਵ ਹੋਣ ਬਾਰੇ ਕਹਿੰਦੀ ਤਾਂ ਕਹਿ ਦਿੰਦਾ ਇੱਥੇ ਆਪਾਂ ਨੂੰ ਕਿੰਨਾ ਸੁੱਖ ਹੈ ਆਪਣੇ ਕੈਨੇਡਾ 'ਚ ਨਿਆਣਿਆਂ ਨੂੰ ਦੇਖਣ ਵਾਲਾ ਕੋਈ ਨਹੀਂ ਹੈ ਕੰਮਾਂ ਤੇ ਜਾਣ ਲੱਗੇ ਦੋਵੇਂ ਨਿਆਣੇ ਉੱਪਰ ਛੱਡ ਆਉਂਦੇ ਆਂਟੀ ਆਪੇ ਸਕੂਲ ਛੱਡ ਆਉਂਦੀ ਹੈ ਨਾਲੇ ਕਿਰਾਇਆ ਵੀ ਬਹੁਤ ਹੀ ਵਾਜਬ ਹੈ ਕੁਲਦੀਪ ਨੂੰ ਵੀ ਜਦੋਂ ਇਹਨਾਂ ਸਹੂਲਤਾਂ ਦਾ ਖਿਆਲ ਹੁੰਦਾ ਤਾਂ ਉਹ ਵੀ ਮੂਵ ਹੋਣ ਦਾ ਇਰਾਦਾ ਬਦਲ ਦਿੰਦੀ ਕੁਲਦੀਪ ਦਾ ਪਤੀ ਗੁਰਦੇਵ ਉਥੇ ਰਿਫਿਊਜੀ ਬਣ ਕੇ ਆਇਆ ਸੀ ਤੇ ਪੱਕਾ ਹੋ ਗਿਆ ਸੀ ਘਰ 'ਚ ਸਭ ਤੋਂ ਛੋਟਾ ਹੋਣ ਕਰਕੇ ਕਿਸੇ ਭੈਣ ਭਰਾ ਨੂੰ ਸਪான்ਸਰ ਕਰਕੇ ਮੰਗਵਾਉਣ ਦੀ ਗੱਲ ਤਾਂ ਨਹੀਂ ਸੀ ਬਣਦੀ ਪਰ ਵੱਡੇ ਦੋਹਾਂ ਭਰਾਵਾਂ ਤੇ ਮਾਪੇ ਨੂੰ ਪੈਸੇ ਕਮਾ ਕੇ ਭੇਜਣ ਦੀ ਜ਼ਿੰਮੇਵਾਰੀ ਕਾਫੀ ਵੱਡੀ ਸੀ ਵਿਆਹ ਕਰਾਉਣ ਤੋਂ ਪਹਿਲਾਂ ਮਾਪੇ ਦੀ ਮੌਤ ਹੋ ਗਈ ਕੁਲਦੀਪ ਦੇਵੀ ਮਾਪੇ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਚੁੱਕੇ ਸਨ ਉਹਦਾ ਵਿਆਹ ਵੀ ਕੈਨੇਡਾ ਤੋਂ ਗਏ ਗੁਰਦੇਵ ਨਾਲ ਉਹਦੇ ਵੱਡੇ ਦੋ ਭਰਾਵਾਂ ਤੇ ਪਰਚਾਈਆਂ ਨਹੀਂ ਕੀਤਾ ਸੀ ਇਸ ਘਰ ਚ ਰਹਿੰਦੇ ਆਂ ਤੋਂ ਬਿੱਲੂ ਦੀ ਲੜਾਈ ਤੇ ਜਿਵੇਂ ਆਦੀ ਜੀ ਹੋ ਗਏ ਸਨ ਝਗੜੇ ਸਮੇਂ ਜਾਗਰ ਸਿੰਘ ਬੱਥੇਰਾ ਰੌਲਾ ਪਾ ਕੇ ਕਹਿੰਦਾ ਚੁੱਪ ਕਰ ਜਾਓ ਇਹ ਤਾਂ ਬੀਸਮੈਂਟ ਚ ਰਹਿੰਦੇ ਲੋਕ ਕੀ ਕਹਿਣਗੇ ਨਾਲੇ ਉਹਨਾਂ ਸਵੇਰੇ ਕੰਮ ਤੇ ਵੀ ਜਾਣਾ ਹੁੰਦਾ ਤੁਹਾਡਾ ਤਾਂ ਇਹ ਰੋਜ਼ ਦਾ ਝਮੇਲ ਐ ਅਗਲਿਆਂ ਨੂੰ ਸੌਣ ਦਿਓ ਮਾਤਾ ਜਮੀਲ ਕੌਰ ਕਿਸੇ ਦੀ ਵੀ ਸੁਣਨ ਨੂੰ ਤਿਆਰ ਨਹੀਂ ਸੀ ਹੁੰਦੀ ਉੱਚੀ ਉੱਚੀ ਰੋ ਕੇ ਕਦੇ ਆਪਣੇ ਆਪ ਦੇ ਕਦੇ ਬਿੱਲੂ ਦੇ ਦੋ ਧੜਾ ਮਾਰ ਮਾਰ ਕੇ ਬੁਲੀ ਜਾਂਦੀ ਵੇ ਬੇਸ਼ਰਮਾ ਕੁਝ ਤਾਂ ਸ਼ਰਮ ਕਰ ਤੇਰੀ ਭੈਣ ਦੇ ਸਹੁਰੇ ਕੀ ਕਹਿਣਗੇ ਤੇਰਾ ਬਾਪੂ ਸੀਨੀਅਰਸ ਦੀ ਸੰਸਥਾ ਦਾ ਕਹਿੰਦਾ ਕਹੋਂਦਾ ਅੱਗੂ ਮੈਂਬਰ ਐ ਉਹਨੂੰ ਲੋਕ ਕੀ ਕਹਿਣਗੇ ਤੂੰ ਤਾਂ ਸਾਨੂੰ ਜਿਉਂਦਿਆਂ ਨੂੰ ਮਾਰ ਦਿੱਤਾ ਤੈਨੂੰ ਬਹੂ ਵੀ ਛੱਡ ਕੇ ਤੁਰ ਗਈ ਜੇ ਸਾਡਾ ਇੱਕ ਹੋਰ ਪੁੱਤਰ ਹੁੰਦਾ ਤਾਂ ਕੌੜਾ ਘੁੱਟ ਭਰ ਲੈਂਦੇ ਤੇ ਤੇਰੇ ਤੋਂ ਸਦਾ ਲਈ ਖਹਿੜਾ ਛਡਵਾ ਲੈਂਦੇ ਹੁਣ ਕਿਹੜੇ ਖੂਚ ਪਈਏ ਉਹ ਘੰਟਿਆਂ ਵੱੱਦੀ ਬੋਲਦੀ ਰਹਿੰਦੀ ਨਾਲ ਹੀ ਕਦੇ-ਕਦੇ ਜਾਗਰ ਸਿੰਘ ਵੀ ਕਪੜਿਆਂ ਤੋਂ ਬਾਹਰ ਹੋ ਜਾਂਦਾ ਤੇ ਕਹਿੰਦਾ ਕੱਢ ਇਸ ਬੇਸ਼ਰਮ ਨੂੰ ਘਰੋਂ ਬਾਹਰ ਚੁੱਪ ਆਪਣਾ ਸਮਾਨ ਤੇ ਤੁਰਦਾ ਹੋ ਤੂੰ ਆਪਣਾ ਘਰ ਵਸਾ ਕੇ ਬੈਠਣਾ ਨਹੀਂ ਬਿੱਲੂ ਨੂੰ ਲੱਗ ਰਿਆ ਸੀ ਕਿ ਜਿਵੇਂ ਉਹ ਫੇਰ ਉਹਨੂੰ ਵਿਆਹ ਕਰਾਉਣ ਲਈ ਮਜਬੂਰ ਕਰ ਰਹੇ ਹੋਣ ਜਿਵੇਂ 5 ਸਾਲ ਪਹਿਲਾਂ ਬਿੱਲੂ ਦੇ ਮਾਪਿਆਂ ਨੇ ਉਸ ਨਾਲ ਅਜਿਹੀ ਜੰਗ ਕੀਤੀ ਸੀ ਤੇ ਹਫ਼ਤੇ ਇੱਕ ਬਾਅਦ ਉਹ ਬਿੱਲੂ ਨੂੰ ਸਮਝਾ ਮਨਾ ਕੇ ਇੰਡੀਆ ਲੈ ਗਏ ਸੀ ਉੱਥੇ ਉਹਦਾ ਵਿਆਹ ਕਰਾਇਆ ਸੀ ਪਹਿਲਾਂ ਤਾਂ ਉਹ ਬਹੁਤ ਅੜਿਆ ਸੀ ਪਰ ਜਦੋਂ ਜਮੇਲ ਕੌਰ ਨੇ ਕਿਹਾ ਜੇਕਰ ਤੂੰ ਸਾਡੇ ਅੱਖੇ ਨਾ ਲੱਗਿਆ ਤਾਂ ਮੇਰਾ ਮਰੀ ਦਾ ਮੂੰਹ ਦੇਖੇਗਾ ਘਰ ਦੇ ਹਾਲਾਤ ਜ਼ਿਆਦਾ ਅਸ਼ਾਂਤ ਹੁੰਦੇ ਵੇਖ ਕੇ ਬਿੱਲੂ ਨੇ ਹਾਂ ਕਰ ਦਿੱਤੀ ਹਫ਼ਤੇ 'ਚ ਤਿਆਰੀ ਕਰਕੇ ਬਿੱਲੂ ਦੇ ਮਾਪੇ ਉਹਨੂੰ ਵਿਆਹਣ ਲਈ ਇੰਡੀਆ ਲੈ ਗਏ 2 ਮਹੀਨੇ ਉੱਥੇ ਰਹੇ ਵਾਪਸ ਆ ਕੇ ਉਹਨਾਂ ਆਉਂਦੀ ਐ ਪਹਿਲਾਂ ਬਿੱਲੂ ਕੋਲ ਉਹਦੀ ਪਤਨੀ ਮੰਜੂ ਨੂੰ ਸਪான்ਸਰ ਕਰਵਾਇਆ ਉਹ 6 ਕੁ ਮਹੀਨਿਆਂ 'ਚ ਹੀ ਕੈਨੇਡਾ ਆ ਗਈ ਉਹਦੇ ਆਉਣ ਤੇ ਬਿੱਲੂ ਦੇ ਘਰ ਜਲਦੀ ਆਉਣ 'ਚ ਕੋਈ ਫਰਕ ਨਾ ਪਿਆ ਉਹ ਪਹਿਲਾਂ ਵਾਂਗ ਹੀ ਕਦੇ ਰਾਤ ਦੇ 1 ਵਜੇ ਕਦੇ 12 ਵਜੇ ਕਦੇ ਕਦੇ-ਕਦੇ ਆਉਂਦਾ ਹੀ ਨਾ ਮੰਜੂ ਨੇ ਪਹਿਲਾਂ-ਪਹਿਲਾਂ ਤਾਂ ਬਿੱਲੂ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕੰਮ ਤੋਂ ਬਾਅਦ ਟਾਈਮ ਨਾਲ ਘਰ ਆਇਆ ਕਰੇ ਬਿੱਲੂ ਦੇ ਮਾਪੇ ਵੀ ਮੰਜੂ ਨੂੰ ਜ਼ੋਰ ਪਾਉਂਦੇ ਵੀ ਉਹਨੂੰ ਸਮਝਾਵੇ ਆਖਰ 2 ਕੁ ਸਾਲ ਦੀ ਜद्दोजਹਿਦ ਦੇ ਬਾਅਦ ਜਦੋਂ ਉਹਨੇ ਦੇਖਿਆ ਕਿ ਬਿੱਲੂ ਦੀ ਆਦਤਾਂ 'ਚ ਕੋਈ ਫਰਕ ਨਹੀਂ ਪੈ ਰਿਹਾ ਉਹਨੇ ਇੱਕ ਦਿਨ ਆਪਣੇ ਦੂਰ ਨੇੜੇ ਦੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਆਪਣੀ ਸਾਰੀ ਗੱਲਬਾਤ ਦੱਸੀ ਤੇ ਨਾਲ ਹੀ ਆਪਣੇ ਭਰਾਵਾਂ ਦੀ ਸਲਾਹ ਨਾਲ ਆਪਣਾ ਸਮਾਨ ਇਕੱਠਾ ਕੀਤਾ ਤੇ ਘਰੋਂ ਜਾਣ ਦਾ ਫੈਸਲਾ ਕਰ ਲਿਆ ਜਮੇਲ ਕੌਰ ਨੂੰ ਸੁਣ ਕੇ ਬਹੁਤ ਦੁੱਖ ਹੋਇਆ ਉਹਨੇ ਮੰਜੂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਘਰੋਂ ਨਾ ਜਾਵੇ ਪਰ ਜਦੋਂ ਡੰਗਾਈ ਨਾਲ ਸੋਚਿਆ ਕਿ ਬਿੱਲੂ ਦੀਆਂ ਆਤਮਾਂ ਵਿੱਚ ਤਾਂ ਜ਼ਰਾ ਵੀ ਫਰਕ ਨਹੀਂ ਆਇਆ ਉਹ ਤਾਂ ਕਈ-ਕਈ ਦਿਨ ਘਰ ਵੀ ਆਉਣੋਂ हट ਗਿਆ ਜੇਕਰ ਰਹੌਂਦਾ ਵੀ ਹੈ ਤਾਂ ਬਾਹਰ ਲਿਵਿੰਗ ਰੂਮ 'ਚੀ ਸੋਫੇ ਤੇ ਪਿਆ ਜਾਂਦਾ ਇਹ ਸਭ ਕੁਝ ਸੋਚ ਕੇ ਉਹਨੇ ਆਪਣੇ ਆਪ ਨੂੰ ਸਮਝਾਇਆ ਕਿ ਇਸ ਵਿਚਾਰੀ ਨੇ ਕੀ ਗੁਨਾਹ ਕੀਤਾ ਇਹਦੀ ਰਹਿੰਦੀ ਜ਼ਿੰਦਗੀ ਵੀ ਖਰਾਬ ਕਿਉਂ ਕਰਾਂ ਤੁਰਨ ਲੱਗੀ ਮੰਜੂ ਨੂੰ ਜਮੇਲ ਕੌਰ ਨੇ 100 ਡਾਲਰ ਦੇ ਕੇ ਕਿਹਾ ਅਸੀਂ ਵੀ ਹੁਣ ਜਿਉਂਦੇ ਨਹੀਂ ਆ ਫੋਨ ਕਰਦੀ ਰਹੀ ਹੋ ਸਕਦਾ ਹੈ ਕਿਤੇ ਸਮਾਂ ਪੈਂਦੇ ਉਹ ਬਦਲ ਜਾਵੇ ਹੁਣ ਤਾਂ ਮੰਜੂ ਗਈ ਨੂੰ ਵੀ 2 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਸੀ ਬਿੱਲੂ ਦੀਆਂ ਆਦਤਾਂ 'ਚ ਜ਼ਰਾ ਵੀ ਫਰਕ ਨਾ ਪਿਆ ਕੁਲਦੀਪ ਨੂੰ ਯਾਦ ਆਇਆ 10 ਸਾਲ ਪਹਿਲਾਂ ਜਦੋਂ ਕੈਨੇਡਾ ਆਈ ਸੀ ਗੁਰਦੇਵ ਉਦੋਂ ਇੱਕ ਇੰਸ਼ੋਰੈਂਸ ਕੰਪਨੀ ਨਾਲ ਕੰਮ ਕਰਦਾ ਸੀ ਉਹਨੇ ਕੁਲਦੀਪ ਨੂੰ ਇੱਕ ਜਾਣ ਪਛਾਣ ਵਾਲੇ ਗੋਰੇ ਦੇ ਵੈਰਾਈਟੀ ਸਟੋਰ 'ਚ ਕੈਸ਼ੀਅਰ ਦੇ ਕੰਮ ਤੇ ਲਗਾ ਦਿੱਤਾ ਉਹਨਾਂ ਕੋਲ ਇੱਕ ਹੀ ਕਾਰ ਸੀ ਉਹ ਜਾਂਦਾ ਹੋਇਆ ਕੁਲਦੀਪ ਨੂੰ ਕੰਮ ਤੇ ਛੱਡ ਜਾਂਦਾ ਉਹਦਾ ਕੰਮ ਕਦੇ 6 ਕਦੇ 7 ਤੇ ਕਦੇ 8 ਵਜੇ ਖਤਮ ਹੁੰਦਾ ਪਰ ਕੁਲਦੀਪ 5 ਵਜੇ ਕੰਮ ਖਤਮ ਕਰ ਦਿੰਦੀ ਉਹ ਸੋਚਦੀ ਮੈਂ ਘਰ ਜਾ ਕੇ ਵੀ ਕੀ ਕਰਨਾ ਹੈ ਘਰ ਪਹੁੰਚਣ ਲਈ ਉਹ ਸਮੇਂ ਕਿਸੇ ਦੋਸਤੇ ਘਰ 'ਚ ਇੱਕ ਕਮਰਾ ਲੈ ਕੇ ਰਹਿੰਦੇ ਸੀ ਵੈਰਾਈਟੀ ਸਟੋਰ ਜਿੱਥੇ ਉਹ ਕੰਮ ਕਰਦੀ ਸੀ ਦੇ ਸਾਹਮਣੇ ਇੱਕ ਛੋਟਾ ਜਿਹਾ ਰੈਸਟੋਰੈਂਟ ਸੀ ਜਿੱਥੇ ਉਹ ਚਾਹ ਦੇ ਕੱਪ ਦੇ ਨਾਲ ਕਦੀ ਡੋਨਟ ਕਦੀ ਮਫਨ ਖਾਣ ਲਈ ਬੈਠ ਜਾਂਦੀ ਉੱਥੇ ਹੀ ਗੁਰਦੇਵ ਨੂੰ ਝੁੱਕ ਲੈਂਦਾ ਉਹ ਹਮੇਸ਼ਾ ਇੱਕ ਹੀ ਜਗ੍ਹਾ ਤੇ ਬੈਠਦੀ ਦੋ ਸੀਟਾਂ ਵਾਲਾ ਟੇਬਲ ਸੀ ਉਦੇ ਨਾਲ ਲੱਗਦੇ ਦੂਸਰੇ ਦੋ ਸੀਟਾਂ ਵਾਲੇ ਟੇਬਲ ਤੇ ਇੱਕ ਗੋਰੀ ਨੂੰ ਹਰ ਰੋਜ਼ ਬੈਠਿਆਂ ਦੇਖਦੀ। ਉਹ ਕੌਫੀ ਪੀਂਦੀ ਹੋਈ ਕਿਤਾਬ ਪੜ੍ਹਦੀ ਰਹਿੰਦੀ। ਉਹਦੇ ਜਾਣ ਪਛਾਣ ਰੈਸਟੋਰੈਂਟ 'ਚ ਕੰਮ ਕਰਦੀ ਵੈਟਰਸ ਨਾਲ ਕਾਫੀ ਲੱਗਦੀ ਸੀ। ਜਦੋਂ ਸ਼ਾਮ ਨੂੰ ਉੱਥੇ ਬਹੁਤ ਲੋਕ ਨਾ ਹੁੰਦੇ ਤਾਂ ਆ ਕੇ ਉਹਨੂੰ ਪੁੱਛਦੀ ਜਿੰਨ ਤੇਰਾ ਕੀ ਹਾਲ ਹੈ ਤੇ ਉਹਦੇ ਨਾਲ ਦੀ ਸੀਟ ਤੇ ਬੈਠ ਜਾਂਦੀ। ਦੋਵੇਂ ਇੱਕ ਦੂਜੇ ਦਾ ਹਾਲ ਪੁੱਛਣ ਤੋਂ ਬਾਅਦ ਹੋਰ ਵੀ ਕਈ ਗੱਲਾਂ ਬਾਤਾਂ ਕਰਦੀਆਂ। ਵੇਟਸ ਦਾ ਨਾਮ ਪਟ੍ਰੀਸ਼ਾ ਸੀ ਕਿਉਂਕਿ ਉਹਦੀ ਕਮੀਜ਼ ਦੇ ਮੋਰੇ ਲੱਗੇ ਬੈਜ ਤੇ ਲਿਖਿਆ ਹੋਇਆ ਸੀ ਪਰ ਉਸ ਬੋਰੀ ਦਾ ਨਾਮ ਤਾਂ ਪਟ੍ਰੀਸ਼ਾ ਤੋਂ ਹੀ ਪਤਾ ਲੱਗਿਆ ਸੀ ਉਹ ਆਪਸ ਚ ਹੱਸ-ਹੱਸ ਕੇ ਗੱਲਾਂ ਕਰਦੀਆਂ ਰਹਿੰਦੀਆਂ ਰੋਜ਼ ਉੱਥੇ ਬੈਠਣ ਕਰਕੇ ਕੁਲਦੀਪ ਨੂੰ ਵੀ ਹੈਲੋ ਵਗੈਰਾ ਕਹਿਣ ਲੱਗ ਪਈਆਂ ਕੁਲਦੀਪ ਭਾਵੇਂ ਜੀਨਤ ਨਾਲ ਗੱਲਬਾਤ ਨਾ ਕਰਦੀ ਪਰ ਉਹਨਾਂ ਦੀਆਂ ਗੱਲਾਂ ਬਹੁਤ ਧਿਆਨ ਨਾਲ ਸੁਣਦੀ ਇੱਕ ਦਿਨ ਜੀਨਤ ਨੇ ਪਟ੍ਰੀਸ਼ਾ ਨੂੰ ਦੱਸਿਆ ਕਿ ਮੇਰਾ ਪੁੱਤਰ ਗੇ ਹੈ ਮੇਰੀ ਨੂਹ ਬਹੁਤ ਚੰਗੀ ਸੀ ਗੇ ਹੋਣ ਕਰਕੇ ਉਹਨੂੰ ਛੱਡ ਕੇ ਚਲੀ ਗਈ ਮੈਂ ਉਹਨੂੰ ਬਹੁਤ ਮਿਸ ਕਰਦੀ ਆਂ ਅੱਗੇ ਪੈਟਰੀਸ਼ੀਆ ਕਹਿਣ ਲੱਗੀ ਪਤਾ ਨਹੀਂ ਦੁਨੀਆ ਨੂੰ ਕੀ ਹੋਇਆ ਸਾਡਾ ਮੈਨੇਜਰ ਵੀ ਵਹਿ ਵਰਿਆ ਸੀ ਉਹ ਵੀ ਗੇ ਬਣ ਗਿਆ ਤੇ ਹੁਣ ਉਹਨੂੰ ਏਡਜ਼ ਦੀ ਬਿਮਾਰੀ ਹੋ ਗਈ ਹੈ ਮਹੀਨੇ 'ਚ 10 ਜਾਂ 15 ਦਿਨ ਹਸਪਤਾਲ ਦਾਖਲ ਰਹਿੰਦਾ ਹੁਣ ਫੇਰ ਹਸਪਤਾਲ ਗਿਆ ਹੋਇਆ ਗੇ ਤੇ ਏਡਜ਼ ਕੁਲਦੀਪ ਵਾਸਤੇ ਨਵੇਂ ਲਫ਼ਜ਼ ਸਨ ਅੰਗਰੇਜ਼ੀ ਤਾਂ ਉਹ ਭਾਵੇਂ ਚੰਗੀ ਤਰ੍ਹਾਂ ਪੜ੍ਹ ਕੇ ਪੜ੍ਹ ਤੇ ਲਿਖ ਲੈਂਦੀ ਸੀ ਬੋਲਣ ਲਈ ਥੋੜੀ ਬਹੁਤ ਹਿਚਕਾਟ ਜਿਹੀ ਲੱਗਦੀ ਸੀ ਤੇ ਜਦੋਂ ਨਵੇਂ ਲਫ਼ਜ਼ ਸੁਣਦੀ ਤਾਂ ਘਰ ਜਾ ਕੇ ਡਿਕਸ਼ਨਰੀ ਜ਼ਰੂਰ ਦੇਖਦੀ ਏਡਜ਼ ਸੋਚਦੀ ਕੋਈ ਬਿਮਾਰੀ ਹੋਏਗੀ ਕਈ ਵਾਰ ਕਈ ਬਿਮਾਰੀਆਂ ਦੇ ਬਾਰੇ ਘੱਟ ਹੀ ਸੁਣਿਆ ਹੁੰਦਾ ਜਿਵੇਂ ਕੈਂਸਰ ਦਾ ਵੀ ਪਹਿਲਾਂ-ਪਹਿਲਾਂ ਘੱਟ ਹੀ ਸੁਣਿਆ ਹੁੰਦਾ ਸੀ ਫਿਰ ਗੇ ਦਾ ਮਤਲਬ ਤਾਂ ਖੁਸ਼ ਹੁੰਦਾ ਇਹ ਹੀ ਹੁਨੇ ਪੜਿਆ ਸੀ ਪਰ ਫਿਰ ਵੀ ਚੈੱਕ ਕਰ ਲਵਾਂਗੀ ਘਰ ਜਾ ਕੇ ਡਿਕਸ਼ਨਰੀ ਦੇਖੀ ਗੇ ਦਾ ਮਤਲਬ ਫਿਰ ਖੁਸ਼ੀ ਪੜਿਆ ਸੋਚਣ ਲੱਗੀ ਜੇਕਰ ਜੀਨਤ ਦਾ ਮੁੰਡਾ ਖੁਸ਼ ਹੈ ਤਾਂ ਉਹਦੀ ਘਰ ਵਾਲੀ ਕਿਉਂ ਛੱਡ ਗਈ ਗੱਲਬਾਤ ਕੁਝ ਜੱਚਦੀ ਨਹੀਂ ਲੱਗਦੀ ਖੈਰ ਕਦੇ ਕੋਸ਼ਿਸ਼ ਕਰਾਂਗੀ ਜੀਨਤ ਨੂੰ ਪੁੱਛਣ ਦੀ ਉਹਨੇ ਵੀ ਤਾਂ ਕਈ ਵਾਰ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਹੈ ਕਾਫੀ ਮਿਲਨ ਸਾਰ ਸੁਭਾ ਦੀ ਮਾਲਕ ਹੈ ਕਈ ਦਿਨ ਕੁਲਦੀਪ ਕੋਸ਼ਿਸ਼ ਕਰਦੀ ਰਹੀ ਕਿ ਜੀਨਤ ਨਾਲ ਕਿਵੇਂ ਗੱਲਬਾਤ ਸ਼ੁਰੂ ਕਰੇ ਇੱਕ ਦਿਨ ਜੀਨਤ ਕਾਫੀ ਲੇਟ ਆਈ ਤੇ ਕੋਈ ਹੋਰ ਗਾਹਕ ਜੀਨਤ ਦੀ ਜਗ੍ਹਾ ਤੇ ਬੈਠ ਗਿਆ ਜੀਨਤ ਨੇ ਆਉਂਦਿਆਂ ਸਾਰ ਠੰਡਾ ਜਾਂ ਹੋਕਾ ਲਿਆ ਤੇ ਵਾਪਸ ਮੁੜਨ ਲੱਗੀ ਕੁਲਦੀਪ ਨੇ ਹੌਸਲਾ ਕਰਕੇ ਜੀਨਤ ਨੂੰ ਬੁਲਾਇਆ ਹੈਲੋ ਕਹਿ ਕੇ ਆਪਣੇ ਟੇਬਲ ਦੀ ਖਾਲੀ ਸੀਟ ਤੇ ਬੈਠਣ ਲਈ ਕਹਿ ਦਿੱਤਾ ਉਹ ਬਹੁਤ ਖੁਸ਼ ਹੋਈ ਤੇ ਕੁਲਦੀਪ ਨੂੰ ਉਹਦੇ ਬਾਰੇ ਪੁੱਛਣ ਲੱਗੀ ਕੁਲਦੀਪ ਨੇ ਆਪਣੇ ਬਾਰੇ ਦੱਸਿਆ ਕਿ ਉਹਨੂੰ ਕੈਨੇਡਾ ਆਇਲੋਂ ਬਹੁਤਾ ਚਿਰ ਨਹੀਂ ਹੋਇਆ ਉਹ ਤੇ ਉਹਦਾ ਪਤੀ ਇੱਥੇ ਰਹਿੰਦੇ ਹਨ ਜੀਨਤ ਨੇ ਆਪਣੇ ਬਾਰੇ ਦੱਸਿਆ ਕਿ ਮੇਰੀ ਇੱਕ ਲੜਕੀ ਤੇ ਲੜਕਾ ਹੈ ਮੇਰਾ ਪਰਿਵਾਰ ਬੜਾ ਖੁਸ਼ੀ ਮੇਰੀ ਇੱਕ ਬਹੁਤ ਪੱਕੀ ਸਹੇਲੀ ਸੀ ਉਹਦਾ ਮੇਰੇ ਘਰ 'ਚ ਬਹੁਤਾ ਆਉਣਾ ਜਾਣਾ ਸੀ ਇੱਕ ਦਿਨ ਮੇਰਾ ਪਤੀ ਘਰ ਨਾ ਆਇਆ ਮੈਂ ਦੋ ਦਿਨ ਉਡੀਕ ਕਰਦੀ ਰਹੀ ਤਿੰਨ ਦਿਨਾਂ ਬਾਅਦ ਉਹਦਾ ਫੋਨ ਆਇਆ ਪਤਾ ਲੱਗਾ ਮੇਰੀ ਸਹੇਲੀ ਨਾਲ ਕਿਸੇ ਦੂਸਰੇ ਸ਼ਹਿਰ ਜਾ ਕੇ ਰਹਿਣ ਲੱਗ ਪਈ ਐ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਕਿ ਜਾ ਕੇ ਦੋਹਾਂ ਨੂੰ ਮਾਰ ਦੇਵਾਂ ਪਰ ਜਦੋਂ ਸੋਚਿਆ ਬੱਚਿਆਂ ਨੂੰ ਕੌਣ ਸੰਭੇਗਾ ਇਹ ਅਜੇ ਛੋਟੇ ਹਨ ਉਸ ਤੋਂ ਬਾਅਦ ਮੈਂ ਕਦੇ ਕੋਈ ਪੱਕੀ ਸਹੇਲੀ ਨਹੀਂ ਬਣਾਈ ਤੇ ਵਿਆਹ ਤੋਂ ਵੀ ਮੇਰਾ ਵਿਸ਼ਵਾਸ ਉੱਡ ਗਿਆ ਇਕੱਲੀ ਰਹਿਣਾ ਪਸੰਦ ਕਰਦੀ ਹਾਂ ਬੱਚੇ ਵੱਡੇ ਹੋ ਗਏ ਪੜ੍ਹ ਲਿਖ ਗਏ ਕੁੜੀ ਵਿਆਹ ਕਰਵਾ ਕੇ ਆਸਟ੍ਰੇਲੀਆ ਚਲੀ ਗਈ ਮੁੰਡੇ ਨੇ ਵਿਆਹ ਕਰਵਾਇਆ ਸੀ ਮੇਰੀ ਨੂੰਹ ਬਹੁਤ ਚੰਗੀ ਸੀ ਮੁੰਡਾ ਆਪਣੇ ਪਿਓ ਤੋਂ ਵੀ ਭੈੜਾ ਨਿਕਲਿਆ ਗੇ ਬਣ ਗਿਆ ਮੇਰੀ ਨੂੰਹ ਉਹਨੂੰ ਛੱਡ ਕੇ ਤੁਰ ਗਈ ਕਦੇ ਵੀ ਮੁੜ ਕੇ ਮੈਨੂੰ ਨਹੀਂ ਮਿਲੀ ਕੁਲਦੀਪ ਨੇ ਸੋਚਿਆ ਇਹ ਤਾਂ ਵਧੀਆ ਮੌਕਾ ਗੇ ਦੇ ਅਰਥ ਪਤਾ ਕਰਨ ਦਾ ਕਿਹੜਾ ਹੋ ਸਕਦਾ ਹੈ ਕੁਲਦੀਪ ਨੇ ਜੀਨਤ ਨੂੰ ਕਿਹਾ ਗੇ ਦਾ ਮਤਲਬ ਖੁਸ਼ ਹੁੰਦਾ ਹੈ ਇਸ ਵਿੱਚ ਉਹਨੂੰ ਛੱਡਣ ਦੀ ਕੀ ਲੋੜ ਪੈ ਗਈ ਕੁਲਦੀਪ ਦੀ ਗੱਲ ਸੁਣ ਕੇ ਉਹ ਉੱਚੀ ਉੱਚੀ ਹੱਸਣ ਲੱਗ ਪਈ ਉਹਦਾ ਹਾਸਾ ਸੁਣ ਕੇ ਪਟਰੀਸ਼ਾ ਵੀ ਆ ਗਈ ਪਹਿਲਾਂ ਤਾਂ ਕੁਲਦੀਪ ਨੂੰ ਕੁਝ ਸ਼ਰਮਿੰਦਗੀ ਜੀ ਮਹਿਸੂਸ ਹੋਈ ਫਿਰ ਸੋਚਣ ਲੱਗੀ ਇਸ ਤੇ ਸ਼ਰਮ ਵਾਲੀ ਕਿਹੜੀ ਗੱਲ ਹੈ ਕੁਝ ਨਵਾਂ ਸਿੱਖਣ ਲਈ ਤਾਂ ਮਿਲੇਗਾ ਉਹਨੂੰ ਗੇ ਦੇ ਅਰਥ ਦੱਸਣ ਦੀ ਬਜਾਏ ਜੀ ਨੇ ਤੇ ਕਹਾਣੀ ਸੁਣਾਉਣ ਲੱਗ ਪਈ ਇੱਕ ਆਦਮੀ 25 ਜਾਂ 30 ਸਾਲ ਪਹਿਲਾਂ ਆਪਣੀ ਉਮਰ ਦੇ 30 ਸਾਲਾਂ ਵਿੱਚ ਸੀ ਬਾਰ ਚ ਬੈਠਾ ਸ਼ਰਾਬ ਪੀਂਦਾ ਸੀ ਸ਼ਰਾਬੀ ਹੋਏ ਨੇ ਆਪਣੇ ਇੱਕ ਦੋਸਤ ਦੇ ਸਿਰ 'ਚ ਖਾਲੀ ਬੋਤਲ ਮਾਰ ਕੇ ਮਾਰ ਦਿੱਤਾ ਕਤਲ ਦੇ ਕੇਸ 'ਚ ਫੜਿਆ ਗਿਆ ਉਮਰ ਕੈਦ ਹੋ ਗਈ ਆਪਣੀ ਗਰਲਫ੍ਰੈਂਡ ਨਾਲ ਰਹਿੰਦਾ ਸੀ ਉਨੇ ਉਹਦੇ ਜੇਲ੍ਹ ਜਾਣ ਬਾਅਦ ਆਪਣਾ ਵਿਆਹ ਕਿਸੇ ਹੋਰ ਨਾਲ ਕਰਵਾ ਲਿਆ ਜਦੋਂ 5 ਕੁ ਸਾਲਾਂ ਬਾਅਦ ਪੈਰੋਲ ਤੇ ਉਹਦੀ ਰਿਹਾਈ ਹੋ ਗਈ ਬੜਾ ਖੁਸ਼ ਸੀ ਪਹਿਲੀ ਸ਼ਾਮ ਨੂੰ ਉਸ ਬਾਰ ਚ ਗਿਆ ਜਿੱਥੇ ਜੇਲ੍ਹ ਜਾਣ ਤੋਂ ਪਹਿਲਾਂ ਜਾਂਦਾ ਹੁੰਦਾ ਸੀ ਉੱਥੇ ਇਕੱਲਾ ਬੈਠਾ ਸ਼ਰਾਬ ਦੀ ਬਜਾਏ ਕੋਕ ਪੀ ਰਿਹਾ ਸੀ ਇੱਕ ਆਦਮੀ ਉਸ ਕੋਲ ਆਇਆ ਕਹਿਣ ਲੱਗਾ ਕਿ ਤੂੰ ਗਿਆ ਵਗਯੋ ਕਹਿਣ ਲੱਗਾ ਹਾਂ ਮੈਂ ਗਿਆ ਤੇ ਅੱਜ ਹੀ ਆਜ਼ਾਦ ਹੋਇਆ ਤੇ ਉਹ ਆਦਮੀ ਕਹਿਣ ਲੱਗਾ ਮੈਂ ਵੀ ਗਿਆ ਆਪਣਾ ਕਦੋਂ ਡੇਟ ਕਰੀਏ ਜਾਂ ਆਪਸ ਵਿੱਚ ਮਿਲੀਏ ਜੇਲ੍ਹ ਤੋਂ ਵਾਪਸ ਆਇਆ ਆਦਮੀ ਨੇ ਵੀ ਸਮਝਿਆ ਗੇ ਦਾ ਮਤਲਬ ਖੁਸ਼ ਹੁੰਦਾ ਪਰ ਜਦੋਂ ਡੇਟ ਤੇ ਜਾਣ ਦੀ ਗੱਲ ਸੁਣੀ ਤਾਂ ਉਹਦੇ ਪੱਲੇ ਕੁਛ ਨਾ ਪਿਆ ਤੇ ਉਹਨੇ ਮੁੜ ਕੇ ਬਾਹਰ ਚ ਨਾ ਜਾਣ ਦੀ ਸੌਂ ਖਾ ਲਈ ਦੂਸਰੇ ਦਿਨ ਜਦੋਂ ਕਸਰਤ ਕਰਨ ਲਈ ਇੱਕ ਵਰਜਿਸ਼ ਘਰ ਚ ਗਿਆ ਤਾਂ ਉੱਥੇ ਵੀ ਇੱਕ ਹੋਰ ਆਦਮੀ ਨੇ ਉਹਨੂੰ ਇਹੀ ਪ੍ਰਸ਼ਨ ਪੁੱਛਿਆ ਉਹਨੇ ਕੋਈ ਜਵਾਬ ਨਾ ਦਿੱਤਾ ਚੁੱਪਚਾਪ ਆਪਣੀ ਅਪਾਰਟਮੈਂਟ ਵੱਲ ਤੁਰ ਪਿਆ ਜੇਲ੍ਹ ਤੋਂ ਬਾਹਰ ਆਉਣ ਤੋਂ ਪਹਿਲਾਂ ਤਾਂ ਉਹ ਸੋਚਦਾ ਸੀ ਵੀ ਕੁਝ ਚਿਰ ਵੈਲਫੇਅਰ ਤੇ guzara ਕਰਕੇ ਆਪਣਾ ਕੰਮ ਲੱਭੇਗਾ ਆਪਣੇ ਪਿਆਰਾਂ ਤੇ ਖੜਾ ਹੋਏਗਾ ਪਰ بار بار ਮਰਦਾਂ ਵੱਲੋਂ ਉਹਨੂੰ ਗੇਹ ਪੁੱਛਣਾ ਉਹਦੀ ਸਮਝ ਤੋਂ ਬਾਹਰ ਦੀ ਗੱਲ ਸੀ ਉਹ ਤੀਸਰੇ ਦਿਨ ਪੈਰੋਲ ਬੋਰਡ ਕੋਲ ਜਾ ਕੇ ਕਹਿਣ ਲੱਗਾ ਮੈਨੂੰ ਤੁਸੀਂ ਮਿਹਰਬਾਨੀ ਕਰਕੇ ਵਾਪਸ ਜੇਲ੍ਹ ਹੀ ਭੇਜ ਦਿਓ 5 ਸਾਲ ਚ ਸਮਾਂ ਬਹੁਤ ਬਦਲ ਚੁੱਕਾ ਹੈ ਸੋਸਾਇਟੀ ਦੀਆਂ ਨਵੀਆਂ ਕਦਰਾਂ ਕੀਮਤਾਂ ਮੇਰੇ ਮੇਚ ਨਹੀਂ ਆ ਰਹੀਆਂ ਜਿੰਨ ਦੀ ਕਹਾਣੀ ਸੁਣ ਕੇ ਕੁਲਦੀਪ ਨੇ ਗੇਹ ਦੇ ਅਰਥਾਂ ਦਾ ਕੁਝ-ਕੁਝ ਪੱਲੇ ਪੈਣ ਲੱਗਾ ਪਰ ਪੂਰੀ ਤਰ੍ਹਾਂ ਸਮਝ ਨਹੀਂ ਆਈ ਜਿੰਨਤ ਕਹਿਣ ਲੱਗੀ ਉਹ ਸਮਾਂ ਦੂਰ ਨਹੀਂ ਜਦੋਂ ਬਹੁਤ ਸਾਰੇ ਮਰਦ ਮਰਦਾਂ ਨਾਲ ਤੇ ਔਰਤਾਂ ਔਰਤਾਂ ਨਾਲ ਵਿਆਹ ਕਰਵਾਇਆ ਕਰਨਗੇ ਪਤਾ ਨਹੀਂ ਫਿਰ ਦੁਨੀਆ ਦਾ ਕੀ ਬਣੇਗਾ ਕੁਲਦੀਪ ਨੇ ਪੁੱਛਿਆ ਜੇਕਰ ਤੇਰਾ ਲड़का ਗੇ ਸੀ ਉਹਨੇ ਕਿਸੇ ਔਰਤ ਨਾਲ ਵਿਆਹ ਕਿਉਂ ਕਰਵਾਇਆ ਜਿੰਨਤ ਕਹਿਣ ਲੱਗੀ ਗੇ ਕੋਈ ਜਮਾਂਦਰੂ ਬਿਮਾਰੀ ਦਾ ਨਾਂ ਨਹੀਂ ਇਹ ਤਾਂ ਮੇਰੇ ਖਿਆਲ ਚ ਇੱਕ ਆਪਣਾਈ ਹੋਈ ਆਦਤ ਹੈ ਜਦੀ ਪਰਵਾਹ ਨਹੀਂ ਅਜੇ ਸਮਾਜ ਨੇ ਨਹੀਂ ਦਿੱਤੀ ਤੇ ਸਮਾਜ ਦੇ ਲੋਕਾਂ ਦੀਆਂ ਨਜ਼ਰਾਂ ਚ ਚੰਗਾ ਬਣਨ ਲਈ ਹੀ ਵਿਆਹ ਇੱਕ ਔਰਤ ਨਾਲ ਕਰਵਾਇਆ ਹੋਵੇਗਾ ਕੁਲਦੀਪ ਦੇ ਮੂੰਹ 'ਚ ਅਚਾਨਕ ਨਿਕਲਿਆ ਫਿਰ ਤਾਂ ਵਿਚਾਰੇ ਗੇ ਲੋਕ ਦੋਹਰਾ ਜੀਵਨ ਜੀਉਂਦੇ ਹਨ ਵਿਚਾਰੇ ਸੁਣਦਿਆਂ ਸਾਰੀ ਜੀਨਤ ਦੇ ਚਿਹਰੇ ਤੇ ਗੁੱਸਾ ਆ ਗਿਆ ਕੁਲਦੀਪ ਨੇ ਦਬੀ ਹੋਈ ਆਵਾਜ਼ 'ਚ ਸੌਰੀ ਆਖੀ ਤਾਂ ਕਿਤੇ ਜੀਨਤ ਨੂੰ ਤਲਖੀ ਵਿੱਚੋਂ ਨਿਕਲਣ ਦਾ ਮੌਕਾ ਮਿਲਿਆ ਦਸਾਂ ਸਾਲਾਂ ਬਾਅਦ ਹੁਣ ਤੱਕ ਗੇ ਲੇਸਬੀਅਨ ਏਡਜ਼ ਵਰਗੇ ਲਫ਼ਜ਼ ਕੁਲਦੀਪ ਨੇ ਅਨੇਕਾਂ ਵਾਰ ਸੁਨੇ ਤੇ ਨਾਲ ਸਮਲਿੰਗੀ ਵਿਆਹਾਂ ਦੀ ਚਰਚਾ ਤੇ ਮੰਨਤਾ ਦਾ ਕਾਨੂੰਨ ਜਿਸ ਤੋਂ ਕੋਣ ਵਾਕਿਫ ਨਹੀਂ ਹੈ ਅੱਜ ਹੀ ਕੁਲਦੀਪ ਦਾ ਛੋਟਾ ਮੁੰਡਾ ਜੋ ਅਜੇ ਮਸਾਂ 8 ਸਾਲਾਂ ਦਾ ਹੈ ਸਕੂਲੋਂ ਆ ਕੇ ਕਹਿਣ ਲੱਗਾ ਮੰਮੀ ਮੈਨੂੰ ਇੱਕ ਮੁੰਡੇ ਨੇ ਗਾਲ ਕੱਢੀ ਸੀ ਤੇ ਮੈਂ ਆਪਣੇ ਟੀਚਰ ਨੂੰ ਦੱਸਿਆ ਸੀ ਕੁਲਦੀਪ ਨੇ ਜਦੋਂ ਪੁੱਛਿਆ ਤੈਨੂੰ ਕਿਹੜੀ ਗਾਲ ਕੱਢੀ ਸੀ ਕਹਿਣ ਲੱਗਾ ਮੈਨੂੰ ਗੇ ਕਿਹਾ ਸੀ ਕੁਲਦੀਪ ਦੀਆਂ ਸੋਚਾਂ ਦੀ ਮਾਲਾ ਦਾ ਮਣਕਾ ਉਦੋਂ ਖਿੱਲਰ ਗਿਆ ਜਦੋਂ ਘਰ ਦਾ ਉੱਪਰੋਂ ਦਰਵਾਜ਼ਾ ਖੁੱਲਿਆ ਤੇ ਕੰਜਾਨੀ ਜੀ ਮਰਦਾਨੀ ਆਵਾਜ਼ ਨੇ ਉੱਚੀ ਜੀ ਬੋਲ ਕੇ ਕਿਹਾ ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਮੈਂ ਤੇ ਬਿੱਲੂ ਲੁਕਛਿਪ ਕੇ ਮਿਲਦੇ ਰਹਿਆ ਹਣ ਤਾਂ ਗਵਰਨਮੈਂਟ ਨੇ ਇੱਕ ਕਾਨੂੰਨ ਬਣਾ ਦਿੱਤਾ ਹੈ ਕਿ ਹੁਣ ਅਸੀਂ ਵਿਆਹ ਵੀ ਕਰਵਾ ਸਕਦੇ ਹਾਂ ਤੇ ਨਾ ਹੀ ਪਹਿਲਾਂ ਵਾਂਗ ਹੁਣ ਤੁਸੀਂ ਬਿੱਲੂ ਨੂੰ ਇੰਡੀਆ ਜ਼ਬਰਦਸਤੀ ਲੈ ਜਾ ਕੇ ਵਿਆਹ ਕਰਵਾ ਸਕਦੇ ਹੋ ਸੁਣਦੇ ਅਨਸਾਰ ਬਿੱਲੂ ਦੀ ਮਾਂ ਦੁਆ ਧੜਾ ਮਾਰ ਮਾਰ ਕੇ ਰੋਣ ਲੱਗ ਪਈ ਕਿ ਉਹਨੇ ਉਹਨੂੰ ਸਮਝਾਉਣਾ ਸ਼ੁਰੂ ਕੀਤਾ ਤੂੰ ਸਮਝ ਕੇ ਸਾਡੇ ਲਈ ਮਰ ਗਿਆ ਤੇ ਅਸੀਂ 얘 ਦੇ ਲਈ ਮਰ ਗਏ ਆ ਕੁਲਦੀਪ ਕੋਲੋਂ ਇਹ ਸਾਰਾ ਕੁਝ ਨਾ ਸੁਣਿਆ ਗਿਆ ਉਹਨੂੰ ਉਹਨੇ ਗੁਰਦੇਵ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਜੇਕਰ ਇੰਡੀਆ ਪੈਸੇ ਘੱਟ ਭੇਜ ਦੇ ਤਾਂ ਘੱਟੂ ਘਾਟ ਆਪਣਾ ਘਰ ਤਾਂ ਲੈ ਸਕਦੀ ਅਜਿਹੇ ਲੋਕਾਂ ਦੀਆਂ ਬੇਸਮੈਂਟਾਂ 'ਚ ਧੱਕੇ ਖਾਣ ਨਾਲ ਇਹਨਾਂ ਗੱਲਾਂ ਦਾ ਸਾਡੇ ਬੱਚਿਆਂ ਤੇ ਵੀ ਕੀ ਅਸਰ ਪਵੇਗਾ ਇੰਨੇ ਨੂੰ ਬਿੱਲੂ ਨੇ ਘਰ ਦਾ ਦਰਵਾਜ਼ਾ ਠਾਹ ਕਰਕੇ ਮਾਰਦੇ ਹੋਏ ਕਿਆ ਚੱਲ ਧੀਰ ਇਹਨਾਂ ਪਾਗਲਾਂ ਨੂੰ ਕੌਣ ਸਮਝਾਏ ਕਿ ਹੁਣ ਸਮਾਂ ਬਦਲ ਚੁੱਕਾ ਹੈ ਧੰਨਵਾਦ